अज हुशियारपुर के हलका शाम चौरासी तो आम आदमी पार्टी के विधायक डॉक्टर रवचौत वालों कस्बा हरियाणा च नवे बने बस स्टैंड का उद्घाटन किया गया। दूजे पास शाम चौरासी तो कांग्रेस के सबका विधायक पवन आदिया ने तंज कसद्या किया कि यह सारा प्रोजैक्ट उन्होंने वालों कांग्रेस सरकार समय लिया गया से जबकि इस विच आम आदमी पार्टी का किसी भी तरह का कोई योगदान नहीं है। उन्होंने कहा कि मौजूदा आप विधायक वालों सिर्फ तो सिर्फ फोकी वाहवाही अधे अधूरे बस स्टैंड का उद्घाटन किया गया है। पवन आदिया ने कहा कि ना तो बस स्टैंड किसी स्टाफ की ही पक्की तैनाती है तो ना ही कोई रूट प्लान ही तैयार किया गया। सबका विधायक ने कहा कि जेकर डॉक्टर रवजोत सचमुच हल्के का विकास चाहते हैं तो अपनी सरकार वालों अज तक कोई नवा प्रोजैक्ट क्यों नहीं लैके आए। हुशियारपुर ने उसके नाल चेतन कश्यप की रिपोर्ट। मैं ये दसना चाहता कि ये जो बस स्टैंड की बहुत वड्डी एक जरूरत सी सदियों तो लोग जदों तो हिंदुस्तान आज़ाद होया हरियाणा बहुत पुराना एक साडा कस्बा आ इत्थे लोग उम्मीद करते कोई इहदा बस स्टैंड बनना चाहिए और लोगों की मंग नूं मैं पूरा करन वास्ते ये जिहड़ा है बस स्टैंड का प्रोजैक्ट बना के ते लैके आया सी। जिस वेले असीं इहदी जगह देख रहे सीगे ते जगह इहदी मुकम्मल कोई मिल नहीं सी रही क्योंकि ये जिहड़ी प्रॉपर्टी है ये जिहड़ी जमीन है ये जिहड़ी सरजमीन है ये उहनां दे अधिकार अधीन है अपने पंचायत समिति दे ते मगर जिहड़ा ये इलाका पैंदा है वह पैंदा है नगर कौंसल का नगर कौंसल दी ते इन्हां दी दूसरे अपने पंचायत समिति वालियां दी बिठाल के एक मीटिंग कराने तो बाद इन्हां दे कोलों जमीन अख्तियार लै सके गवर्नमेंट नूं अख्तियार दित्ते सी कि इहदे ते बस स्टैंड बना दिता जाए मगर ये बस स्टैंड का बहुत एक खूबसूरत असी नक्शा बनाया सी और इस बस स्टैंड की एक डबल बिल्डिंग का भी असी कीता सी तां कि इहदे उपर एक हॉल की उसारी कीती जा सके ਤਾਂ ਕਿ ਇਹਦੀ ਇੱਕ ਇਨਕਮ ਬਣ ਸਕੇ ਉਸ ਡਿਪਾਰਟਮੈਂਟ ਨੂੰ ਇਹਦੀ ਇਨਕਮ ਮਿਲੇ ਅੱਡਾ ਵਧੀਆ ਤਰੀਕੇ ਨਾਲ ਬੱਸ ਸਟੈਂਡ ਚੱਲ ਸਕੇ। ਇਹਦੀਆਂ ਇੱਕ ਸਾਈਡ 'ਤੇ ਦੁਕਾਨਾਂ ਵੀ ਆ ਨਕਸ਼ੇ ਦੇ ਅੰਦਰ ਜਿਸ ਵੇਲੇ ਤੁਸੀਂ ਜਾਓਗੇ ਕਸ਼ਪ ਜੀ ਤਾਂ ਉਹਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਇੱਕ ਇਹਦੇ ਅੰਦਰ ਇੱਕ ਦੁਕਾਨਾਂ ਬਣਾਈਆਂ ਇੱਕ ਉਰੇ ਦੁਕਾਨਦਾਰ ਜਿਹੜੇ ਹੈ ਉਹ ਪੰਚਾਇਤ ਸੰਮਤੀ ਦੇ ਕਿਰਾਏਦਾਰ ਬੈਠੇ ਆ ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਸੀ ਵੀ ਅਸੀਂ ਦੁਕਾਨਾਂ ਜਲਦ ਬਣਾ ਕੇ ਅਤੇ ਤੁਹਾਨੂੰ ਇਹ ਦੇ ਦੇਵਾਂਗੇ। ਅਸੀਂ ਇਹਦੇ ਪੂਰੇ ਪੈਸੇ ਜਿੰਨੇ ਪ੍ਰੋਜੈਕਟ 'ਤੇ ਪੈਸੇ ਲੱਗਣੇ ਸੀ ਉਹ ਪੰਜਾਬ ਕਾਂਗਰਸ ਦੀ ਜਿਸ ਵੇਲੇ ਸਰਕਾਰ ਸੀਗੀ ਉਸ ਵੇਲੇ ਸਾਰੇ ਪੈਸੇ ਇਹਦੇ ਭੇਜ ਦਿੱਤੇ ਗਏ ਸੀ। ਇਹਦਾ ਚੈੱਕ ਕੱਟਣ ਦਾ ਅਧਿਕਾਰ ਜਿਹੜਾ ਹੈ ਉਹ ਈਓ ਦੇ ਕੋਲ ਦਿੱਤਾ ਗਿਆ ਸੀਗਾ। ਇਹਦੀ ਜਿਹੜੀ ਸੁਸਾਇਟੀ ਆ ਇੱਕ ਜਿਹੜੀ ਸੁਸਾਇਟੀ ਬਣਾਈ ਜਾਂਦੀ ਜਿਹੜੀ ਇਹਦੀ ਜਿਹਨੂੰ ਮੁਕੰਮਲ ਬਣਾਉਣ ਦਾ ਅਧਿਕਾਰ ਦਿੱਤਾ ਜਾਂਦਾ ਉਹ PWD ਦੇ ਕੋਲ ਸੀ। ਇਹਦਾ ਠੇਕੇਦਾਰ ਔਨਲਾਈਨ ਨਿਯੁਕਤ ਹੋ ਕੇ ਉਹਨੇ ਕੰਮ ਸਟਾਰਟ ਕੀਤਾ। ਜਿਸ ਵੇਲੇ ਸਾਡਾ ਇਲੈਕਸ਼ਨ ਹੋਇਆ ਇਲੈਕਸ਼ਨ ਹੋ ਗਿਆ ਆਪਣੇ ਆਪ ਵਾਲਿਆਂ ਦੀ ਸਰਕਾਰ ਆ ਗਈ ਮਗਰ ਇਹਦਾ 90% ਕੰਮ ਮੁਕੰਮਲ ਹੋ ਗਿਆ। 90% ਕਹਿਣ ਦਾ ਮੇਰਾ ਮਕਸਦ ਸਿਰਫ ਇਹ ਆ ਵੀ ਉਹਦੇ ਦਰਵਾਜ਼ੇ ਅਤੇ ਉਹਦੀ ਸਫੈਦੀ ਰਹਿੰਦੀ ਸੀਗੀ ਜਾਂ ਉਹਦੀ ਬਾਉਂਡਰੀ ਵਾਲ ਦੇ ਕੁਛ ਕੰਮ ਰਹਿੰਦੇ ਸੀਗੇ। ਮੈਂ ਮਹਿਸੂਸ ਕਰਦਾ ਸੀ ਕਿ ਇਹਦਾ ਪੂਰਾ ਮੁਕੰਮਲ ਜਿਹੜਾ ਹੈ ਜਿਹੜੀ ਗੌਰਮੈਂਟ ਦੇ ਅਧੀਨ ਅਧਿਕਾਰ ਖੇਤਰ 'ਤੇ ਹੁੰਦੀ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕਰਨਾ ਚਾਹੀਦਾ ਸੀ ਉਦਘਾਟਨ। ਉਹ ਤਾਂ ਆਧ ਅਧੂਰਾ ਆ ਆਧ ਅਧੂਰੇ ਦਾ ਉਦਘਾਟਨ ਕਰ ਦਿੱਤਾ ਆ। ਉੱਥੇ ਇੱਕ ਵੀ ਬੰਦਾ ਇੱਕ ਵੀ ਮੁਲਾਜ਼ਮ ਪੰਜਾਬ ਰੋਡਵੇਜ ਦਾ ਉੱਥੇ ਪ੍ਰੈਜੈਂਟ ਨਹੀਂ ਹੈਗਾ ਨਾ ਉੱਥੇ ਕੋਈ ਤੈਨਾਤ ਆ ਵੀ ਉੱਥੇ ਕੋਈ ਦਫ਼ਤਰ ਬਣਾਇਆ ਗਿਆ ਉੱਥੇ ਦਫ਼ਤਰ ਨਹੀਂ ਕੋਈ ਬਣਾਇਆ ਗਿਆ ਕੋਈ ਗੱਲ ਨਹੀਂ ਕੀਤੀ ਗਈ ਲੋਕਾਂ ਨੂੰ ਦੱਸਿਆ ਨਹੀਂ ਗਿਆ ਵੀ ਕਿਹੜੀ ਕਿਹੜੀ ਬੱਸ ਇੱਥੇ ਰੁਕੇਗੀ ਅਤੇ ਕਿੰਨੇ ਵਜੇ ਚੱਲੇਗੀ ਅਤੇ ਕਦੋਂ ਆਏਗੀ। ਬਾਕੀ ਮੈਂ ਮਹਿਸੂਸ ਕਰਦਾ ਹਾਂ ਬਈ ਇਹ ਕੋਈ ਜ਼ਰੂਰੀ ਨਹੀਂ ਆ ਬਈ ਆਪਾਂ ਫੀਤੇ ਕੱਟ ਕੇ ਲੋਕਾਂ ਨੂੰ ਦੱਸੀਏ ਵੀ ਮੈਂ ਲਿਆਂਦਾ ਜਿਹਨੇ ਬਣਾਇਆ ਹੋਵੇ ਜਿਹੜਾ ਲੈ ਕੇ ਆਇਆ ਹੋਵੇ ਉਹ ਲੋਕਾਂ ਨੂੰ ਪਤਾ ਹੁੰਦਾ ਪਬਲਿਕ ਹੈ ਸਭ ਜਾਣਤੀ ਹੈ ਕੌਣ ਕਰਦਾ ਕਿਹਨੇ ਕੀਤਾ। ਮੈਂ ਇਸ ਇਲਾਕੇ ਦੀ ਜਦੋਂ ਵੀ ਕੋਈ ਤਰੱਕੀ ਹੋਈ ਹੈ ਕਿਉਂਕਿ ਇਸ ਇਲਾਕੇ ਦੇ ਨਾਲ ਮੇਰਾ 2002 ਤੋਂ ਵਾਸਤਾ ਹੈ ਔਰ ਇੱਥੇ ਦੀਆਂ ਸਮੱਸਿਆਵਾਂ ਦਾ ਮੈਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਪਤਾ ਹੈ ਔਰ ਮੈਂ ਇਹ ਗੱਲ ਕਹਿ ਕੇ ਆਇਆ ਸੀ ਵੀ ਇੱਥੇ ਜਦੋਂ ਵੀ ਕਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਵੇਲੇ ਵੀ ਜੇ ਸਾਡੀ ਐਤਕੀ ਸਰਕਾਰ ਆ ਜਾਂਦੀ ਤਾਂ ਮੈਂ ਇੱਥੇ ਹੋਰ ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਸੀ। ਇਹ ਮੁਕੰਮਲ ਕਰ ਦਿੱਤਾ ਗਿਆ ਮਗਰ ਇਹਦੀਆਂ ਬਹੁਤ ਸਾਰੀਆਂ ਕਮੀਆਂ ਮੈਨੂੰ ਲੱਗਦਾ ਆ ਵੀ ਅਸੀਂ ਆ ਜਿਹੜੇ 2-3 ਸਾਲ ਹੋਰ ਰਹਿੰਦੇ ਇਹਨਾਂ ਤੋਂ ਬਾਅਦ ਹੀ ਇਹਦੇ ਜਿਹੜੇ ਇਹਨੂੰ ਮੁਕੰਮਲ ਅਸੀਂ ਆ ਕੇ ਕਰ ਸਕਣਾ ਅਸਲ ਉਦਘਾਟਨ ਉਦੋਂ ਹੋਏਗਾ। ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਦੇਮ।